ਸ੍ਰੀ ਗੁਰੂ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਾਰ ਪ੍ਰੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੀਐਸਪੀਐਲ ਵੱਲੋਂ ਨਵੀਂ ਭਰਤੀ ਆਊਟ ਕਰ ਦਿੱਤੀ ਗਈ ਕੌਣ ਕੌਣ ਫਾਰਮ ਭਰ ਸਕਦਾ ਹੈ ਤੇ ਅਪਲਾਈ ਕਿਸ ਤਰ੍ਹਾਂ ਕਰਨਾ ਆਨਲਾਈਨ ਜਾਂ ਆਫਲਾਈਨ ਤੇਜ ਕੀ ਕੁਆਲਿਫਿਕੇਸ਼ਨ ਕੀ ਪੋਸਟਾਂ ਕਿੰਨੀਆਂ ਤੇ ਕੀ ਕੀ ਇਹਦੇ ਵਿੱਚ ਆਊਟ ਕੀਤਾ ਗਿਆ ਐਡਵਰਟਾਈਜ਼ਮੈਂਟ ਵਿੱਚ ਪੀਐਸਪੀਐਲ ਦੀ ਜੋ ਨਵੀਂ ਭਰਤੀ ਆਊਟ ਕਰ ਦਿੱਤੀ ਗਈ ਤੇ ਕਿਸ ਤਰ੍ਹਾਂ ਅਪਲਾਈ ਕਰਨਾ ਸਾਰੀ ਜਾਣਕਾਰੀ ਇਸ ਵੀਡੀਓ 'ਚ ਦਵਾਂਗਾ ਤਾਂ ਫਿਰ ਪੱਕਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਵੀਡੀਓ ਸਕਿੱਪ ਨਹੀ ਕਰਨਾ ਜੇਕਰ ਵੀਡੀਓ ਸਕਿੱਪ ਕਰ ਕੋਈ ਤੁਹਾਨੂੰ ਕੋਈ ਸਮਝ ਨਹੀ ਆਉਣੀ ਫਿਰ ਤੁਹਾਡੇ ਬਹੁਤ ਕਮੈਂਟ ਆਉਣ ਲੱਗ ਜਾਂਦੇ ਨੇ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲੈਕਰ ਫਿਰ ਤੁਹਾਡੇ ਮਨ ਚ ਕੋਈ ਡਾਊਟ ਰਹਿੰਦਾ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਤੁਸੀਂ ਆਇਨਾ ਇਸ ਵੈਬਸਾਈਟ ਤੇ ਇਸ ਵੈਬਸਾਈਟ ਦਾ ਲਿੰਕ ਮੈਂ ਦੇ ਦਾਂਗਾ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤਾਂ ਤੁਸੀਂ ਕਲਿੱਕ ਕਰਕੇ ਇਸ ਵੈਬਸਾਈਟ ਤੇ ਆਇਨਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਫਰਸਟ ਤੇ ਸੈਕੰਡ ਨੰਬਰ ਤੇ ਦੋ ਜੋ ਰਿਕਰੂਟਮੈਂਟ ਨਵੀਆਂ ਜੋ ਭਰਤੀ ਆਊਟ ਕੀਤੀਆਂ ਗਈਆਂ ਨੇ ਤਾਂ ਜੋ ਪਹਿਲੀ ਹੈਗੀ ਡਾਇਰੈਕਟਰ ਡਿਸਟ ਇਨ ਪੀ اسپਸ਼ਲ ਤੇ ਦੂਸਰੀ ਨੰਬਰ ਤੇ ਗਈ ਜੋ ਐਡਵਰਟਾਈਜ਼ਮੈਂਟ ਫੋਰ ਦਾ ਟਰੈਕਟਰ ਟੈਕਨੀਕਲ ਠੀਕ ਟੈਕਨੀਕਲ ਦੀ ਆਊਟ ਕੀਤੀ ਗਈ ਹੈ ਤੇ ਕਮਰਸ਼ੀਅਲ ਆਊਟ ਕੀਤੀ ਗਈ ਹੈ ਦੋ ਤਰ੍ਹਾਂ ਦੇ ਪੋਸਟਸ ਸਵਿਚ ਆਊਟ ਕੀਤੇ ਆ ਗਏ ਹਨ ਤਾਂ ਕਿਸ ਤਰ੍ਹਾਂ ਅਪਲਾਈ ਕਰਨਾ ਕੀ एलिजिਬਿਟੀ ਕ੍ਰਾਈਰੀਆ ਕੀ ਕੁਆਲਿਫਿਕੇਸ਼ਨ ਸਾਰੀ ਜਾਣਕਾਰੀ ਇਸ ਵੀਡੀਓ ਦੇਵਾਂਗਾ ਤਾਂ ਕਿ ਇਸ ਨੂੰ ਤੁਸੀਂ ਆਨਲਾਈਨ ਜੋ ਅਪਲਾਈ ਕਰਨਾ ਚਾਹੋ ਆਫਲਾਈਨ ਕਰਨਾ ਤਾਂ ਸਾਰੀ ਜਾਣਕਾਰੀ ਮਿਲੇਗੀ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰਾ ਜਰੂਰ ਵੇਖਣਾ ਸਕਿੱਪ ਨਹੀਂ ਕਰਨਾ ਜੇਕਰ ਤੁਹਾਡੇ ਮਨ 'ਚ ਫਿਰ ਵੀ ਕੋਈ ਡਾਊਟ ਰਹੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਜਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਮੈਂ ਉੱਪਰਲਾ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਵਿਖਾ ਦਿੰਦਾ ਤੇ ਉਸ ਤੋਂ ਬਾਅਦ ਅੱਜ ਆਪਾਂ ਵੇਖਾਂਗੇ ਇਸ ਵਿੱਚ ਕੀ-ਕੀ ਮੈਂਸ਼ਨ ਕੀਤਾ ਆ ਤੇ ਸਭ ਤੋਂ ਪਹਿਲਾਂ ਉੱਪਰਲੀ ਪੋਸਟ ਹੈਗੇ ਕਮਰਸ਼ੀਅਲ ਜੋ ਪੀਐਸਪੀਐਸਲ ਵੱਲੋਂ ਆਊਟ ਕੀਤੀ ਗਈ ਡ ਤੈਨੂੰ ਮੈਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਤੇ ਤੁਹਾਨੂੰ ਇਸ ਵਿੱਚ ਕੀ ਕੀ ਮੈਂਸ਼ਨ ਕੀਤਾ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਤਾਂ ਵੀਡੀਓ ਨੂੰ ਪੂਰਾ ਜਰੂਰ ਵੇਖਣਾ ਸਕਿੱਪ ਨਹੀਂ ਕਰਨਾ ਟਾਈਮਰ ਮੋਬਾਈਲ 'ਚ ਡਾਊਨਲੋਡ ਹੋ ਜਾ ਜਿੰਨਾ ਡਾਊਨਲੋਡ ਹੁੰਦਾ ਤੁਹਾਨੂੰ ਮਗਾ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਜੋ ਵਿੱਚ ਮੈਂਸ਼ਨ ਕੀਤਾ ਗਿਆ ਹੈ ਟਾਈਮਰ ਮੋਬਾਈਲ 'ਚ ਡਾਊਨਲੋਡ ਹੋ ਗਿਆ ਤਾਂ ਇਸ ਵਿੱਚ ਜੋ ਸੈਲਰੀ ਰਹੇਗੀ ਤੁਹਾਡੀ 67000 ਤੋਂ ਲੈ ਕੇ 98000 ਪਰ ਮੰਥ ਰਹੇਗੀ ਡਾਇਰੈਕਟਰ ਦੀ ਆਊਟ ਕੀਤੀ ਗਈ ਡਿਸਟ੍ਰਿਬਿਊਸ਼ਨ ਦੀ ਪੋਸਟ ਬੇਸਿਕ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਇਲੈਕਟ੍ਰੀਕਲ ਮਕੈਨਿਕਲ ਇਲੈਕਟ੍ਰੋਨਿਕ ਜਾਂ ਕੰਪਿਊਟਰ ਸਾਇੰਸ ਜਾਂ ਈਸੀਈ ਇਨਸਟਰੂਮੈਂਟੇਸ਼ਨ ਇੰਜੀਨੀਅਰਿੰਗ ਆਈਟੀ ਠੀਕ ਹੈ ਕੁਆਲੀਫਿਕੇਸ਼ਨ ਰੱਖੇਗੀ ਮੈਕਸਿਮਮ ਏਜ ਰੱਖੇਗੀ 50 ਸਾਲ ਤੇ ਐਕਸਪੀਰੀਅੰਸ ਇੱਥੇ ਮੈਂਸ਼ਨ ਕੀਤਾ ਹੈ 25 25 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਪਾਵਰ ਯੂਟਿਲਿਟੀ ਵਿੱਚ ਤੇ ਵਰਕ ਹਟ ਹੋਣਾ ਚਾਹੀਦਾ ਸੀ ਇਕੁਇਵੈਲੈਂਟ ਪਾਵਰ ਯੂਟਿਲਿਟੀ ਐਟ ਲੈਸਟ ਫਾਰ 1 ਇਅਰ ਠੀਕ ਹੈ ਕੁਆਲਿਫੀਕੇਸ਼ਨ ਜੋ ਦੇਖ ਸਕਦੇ ਐ ਐਕਸਪੀਰੀਅੰਸ ਵਿੱਚ ਰੱਖਿਆ ਗਿਆ ਹੈ ਤੁਸੀਂ ਸਾਰਾ ਕੁਝ ਇੱਥੇ ਚੈੱਕ ਕਰ ਸਕਦੇ ਹੋ ਤੁਹਾਨੂੰ ਪੀਜ ਮਿਲ ਜਾਏਗਾ ਮੇਰੇ ਵਟਸਐਪ ਤੇ ਟੈਲੀਗ੍ਰਾਮ ਗਰੁੱਪ 'ਚ ਦੋਮਾ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਿੰਨਾਂ ਜਵਾਂ ਨੇ ਕੀਤਾ ਜਵਾਂ ਜਰੂਰ ਕਰ ਲਓ ਤੇ ਇਸ ਨੂੰ ਤੁਸੀਂ ਅਪਲਾਈ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਆਏ ਇਹਨਾਂ ਦਾ ਪਰਫਾਰਮੈਂਸ ਠੀਕ ਹੈ ਸਭ ਤੋਂ ਪਹਿਲਾਂ ਅਪਲੀਕੇਸ਼ਨ ਫੋਰ ਦਾ ਪੋਸਟ ਲਿਖ ਦੇਣੀ ਜੀ ਉਹ ਵੀ ਤੁਸੀਂ ਅਪਲਾਈ ਕਰ ਰਹੇ ਉਸ ਤੋਂ ਬਾਅਦ ਸਾਰੀ ਡਿਟੇਲ ਫਿਲ ਅਪ ਕਰਕੇ ਤੇ ਇਹਨਾਂ ਚੋ ਵੀ ਤੁਹਾਡਾ ਡਾਕੂਮੈਂਟ ਹੈਗੇ ਉਸ ਨੂੰ ਫੋਟੋ ਕਾਪੀ ਨੇ ਸੈਲਫ ਟੈਸਟ 12 9 2022 ਤੋਂ ਪਹਿਲ ਪਹਿਲ ਤੁਸੀਂ ਅਪਲਾਈ ਕਰ ਲੈਣਾ ਹੈ ਤੁਸੀਂ ਜੋ ਲਫਾਫਾ ਲਾਹੋਗੇ ਠੀਕ ਹੈ ਐਨਵੈਲਪ ਜਿਵੇਂ ਆਪਾਂ ਚਿੱਠੀ ਵਗੈਰਾ ਕਹਿ ਸਕਦੇ ਉਸ ਉੱਪਰ ਤੁਸੀਂ ਸਾਫ ਅੱਖਰਾਂ ਚ ਇਹ ਲਿਖਣਾ ਅਪਲੀਕੇਸ਼ਨ ਫੋਰ ਦਾ ਪੋਸਟ ਆਫ ਡਾਇਰੈਕਟਰ ਕਮਰਸ਼ੀਅਲ ਪੀ ਐਸ ਸਪੈਸ਼ਲ ਅਤੇ ਇਹਨਾਂ ਦਾ ਐਡਰੈਸ ਇਹ ਹੈ ਜਿੱਥੇ ਤੁਸੀਂ ਸੈਂਡ ਕਰਨੇ ਫਾਰਮ ਸੁਪਰਡੈਂਟ એનર્ਜੀ ਬ੍ਰਾਂਡ ਡਿਪਾਰਟਮੈਂਟ ਆਫ ਪਾਵਰ ਗਵਰਨਮੈਂਟ ਆਫ ਪੰਜਾਬ ਰੂਮ ਨੰਬਰ 315 3rd ਫਲੋਰ ਪੰਜਾਬ ਸਿਵਲ ਸੈਕਟਰੀਏਟ 2 ਸੈਕਟਰ 9 ਚੰਡੀਗੜ੍ਹ ਠੀਕ ਹੈ ਇਸ ਐਡਰੈਸ 'ਤੇ ਤੁਸੀਂ ਭੇਜ ਦੇਣੇ 12 9 ਇਸਦੀ ਲਾਸਟ ਡੇਟ 12 ਸਤੰਬਰ ਇਸ ਤੋਂ ਪਹਿਲਾਂ-ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਹੈ ਤਾਂ ਇਹ ਜੋ ਪਹਿਲੇ ਨੰਬਰ ਤੇ ਪੋਸਟ ਆਊਟ ਕੀਤੀ ਗਈ ਉਹਨਾਂ ਆਪਾਂ ਗੱਲ ਕਰਦੇ ਹਾਂ ਜੋ ਨੈਕਸਟ ਪੋਸਟ ਆਊਟ ਕੀਤੀ ਗਈ ਤੇ ਤੁਸੀਂ ਕੁਆਲਿਫੀਕੇਸ਼ਨ ਤੇ ਐਕਸਪੀਰੀਅੰਸ ਵੇਖ ਸਕਦੇ ਹੋ ਇਹ ਜਿਹਾ ਵਗੈਰਾ ਠੀਕ ਹੈ ਜੇਕਰ ਤੁਸੀਂ एलिਜੀਬਲ ਤਾਂ ਅਪਲਾਈ ਕਰ ਸਕਦੇ ਹੋ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਜੋ ਪੋਸਟ ਆਊਟ ਕੀਤੀ ਗਈ ਹੈ ਦੂਜੇ ਨੰਬਰ ਤੇ ਆਪਾਂ ਗੱਲ ਕਰੀਏ ਡਰੈਕਟਰ ਜੋ ਟੈਕਨੀਕਲ ਦੀ ਆਊਟ ਕੀਤੀ ਗਈ ਇਸ ਨੂੰ ਮੈਂ ਡਾਊਨਲੋਡ ਕਰਕੇ ਤੁਹਾਡੇ ਨਾਲ ਜੋ ਜਾਣਕਾਰੀ ਇਸ ਵਿੱਚ ਕੀ ਕੀ ਆਊਟ ਕੀਤੀ ਗਈ ਸ਼ੇਅਰ ਕਰ ਦੇਣਾ ਇਸ ਨੂੰ ਤੁਸੀਂ ਵੀ ਜੋ ਆਨਲਾਈਨ ਅਪਲਾਈ ਕਰਨਾ ਜਾਂ ਆਫਲਾਈਨ ਅਪਲਾਈ ਕਰਨਾ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਇਸ ਵਿੱਚ ਜੋ ਕੁਆਲਿਫੀਕੇਸ਼ਨ ਠੀਕ ਸਾਰੇ ਸੇਮ ਹੀ ਰਵੇਗੇ ਤੁਹਾਡੀ ਬੈਚਲਰ ਡਿਗਰੀ ਰੱਖੀ ਗਈ ਹੈ ਜੋ ਇੰਸਟੀਟਿਊਸ਼ਨ ਇਨ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਵਗੈਰਾ ਨਿਕਲਿਆ ਕੰਪਿਊਟਰ ਸਾਇੰਸ ਇੰਜੀਨੀਰਿੰਗ ਆਈਟੀ ਇਨ ਮੈਕਸ ਮੇਜ ਰੱਖੀ ਗਈ 50 ਸਾਲ ਦਾ 25 ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ 25 ਸਾਲ ਦਾ ਪਾਵਰ ਯੂਟਿਲਿਟੀ ਵਿੱਚ ਤੇ ਵਰਕ ਲੈਵਲ ਤੁਹਾਡਾ ਹੋਣਾ ਚਾਹੀਦਾ ਹੈ ਸੀਈ ਜਾਂ ਕੁਵੈਲੈਂਟ ਪਾਵਰ ਯੂਟਿਲਿਟਿਸ ਐਟ ਲਿਸਟ ਇੱਕ ਸਾਲ ਦਾ ਠੀਕ ਹੈ ਤੇ ਨਾਲ ਇੱਥੇ ਸਾਰਾ ਕੁਝ ਇੱਥੇ ਮੈਂਚਰ ਕੀਤਾ ਹੈ ਵੇਖ ਸਕਦੇ ਹੋ ਤੇ ਤੁਹਾਡੇ ਕੁਆਲਿਫੀਕੇਸ਼ਨ ਸੇਮ ਰਹੇਗੀ ਤੇ ਸੈਲਰੀ ਵੀ ਤੁਹਾਡੇ ਸੇਮ ਰਹੇਗੀ 67000 ਤੋਂ ਲੈ ਕੇ 79000 ਪਰ ਮੰਥ ਡਾਇਰੈਕਟਰ ਟੂ ਜੋ ਟੈਕਨੀਕਲ ਦੀ ਪੋਸਟ ਆਊਟ ਕੀਤੀ ਗਈ ਹੈ ਇਹ ਜੋ ਭਰਤੀ ਆਊਟ ਕੀਤੀ ਗਈ ਪੀਐਸਟੀਸੀਐਲ ਵੱਲੋਂ ਆਊਟ ਕੀਤੀ ਗਈ ਹੈ ਠੀਕ ਹੈ ਤੇ ਤੁਸੀਂ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਡਾਇਰੈਕਟਰ ਟੈਕਨੀਕਲ ਪੀਐਸਟੀਸੀਐਲ ਜ਼ਰੂਰ ਲਿਖ ਦੇਣਾ ਉੱਪਰ ਜੋ ਲਫਾਵੇ ਚਿੱਠੀ ਉੱਪਰ ਐਨਵੈਲਪ ਉੱਪਰ ਤੇ ਜੋ ਵੀ ਤੁਸੀਂ ਪੋਸਟ ਲਈ ਅਪਲਾਈ ਕਰ ਰਹੇ ਜਾਂ ਦੂਸਰੀ ਤੁਸੀਂ ਕਰ ਰਹੇ ਹੋ ਵੀ ਲਿਖ ਦੇਣਾ ਜੋ ਵੀ ਤੁਸੀਂ ਕਰ ਰਹੇ ਹੋ ਮੈਂਸ਼ਨ ਕਰ ਦੇਣਾ ਲਫਾਵੇ ਉੱਪਰ ਜੋ ਚਿੱਠੀ ਉੱਪਰ ਜ਼ਰੂਰ ਲਿਖ ਦੇਣਾ ਦੋਸਤੋ ਬਾਰ ਐਡਰੈਸ ਜਿਹੜਾ ਤੁਹਾਡਾ ਰਵੇਗਾ ਸੁਪਰਡੈਂਟ એનર્ਜੀ ਬ੍ਰਾਂਚ ਡਿਪਾਰਟਮੈਂਟ ਆਫ ਪਾਵਰ ਗਵਰਨਮੈਂਟ ਆਫ ਇੰਡੀਆ ਰੂਮ ਨੰਬਰ 315 3rd ਫਲੋਰ ਪੰਜਾਬ ਸਿਵਲ ਸੈਕਟੇਟ 2 ਸੈਕਟਰ 9 ਚੰਡੀਗੜ੍ਹ ਤੇ ਲਾਸਟ ਡੇਟ 12 ਸਤੰਬਰ 2022 ਤੋਂ ਪਹਿਲ ਤੋਂ ਤੁਸੀਂ ਅਪਲਾਈ ਕਰ ਲੈਣਾ ਹੈ ਤੇ ਜੇ ਤੁਸੀ ਅਪਲਾਈ ਕਰਨਾ ਹੈ ਜੇ ਆਫਲਾਈਨ ਅਪਲਾਈ ਕਰਨਾ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰ ਦਾ ਪੋਸਟ ਆਕ ਕਿਹੜੀ ਤੁਸੀਂ ਪੋਸਟ ਅਪਲਾਈ ਕਰ ਰਹੇ ਹੋ ਲਿਖ ਦੇਣੀ ਇੱਥੇ ਬਾਕੀ ਸਾਰੀ ਡਿਟੇਲ ਫਿਲ ਅਪ ਕਰਕੇ ਤੇ ਜੋ ਵੀ ਤੁਹਾਡਾ ਡਾਕੂਮੈਂਟ ਹੈਗੇ ਨੇ ਫੋਟੋ ਕਾਪੀ ਨੇ 셀ਫ ਟੈਸਟਡ ਕਰਕੇ ਤੁਹਾਡਾ ਐਡਰੈਸ ਤੁਹਾਨੂੰ ਦੱਸ ਦਿੱਤਾ ਇੱਥੇ ਮੈਂਸ਼ਨ ਕੀਤਾ ਹੈ ਵੇਖ ਸਕਦੇ ਹੋ ਤਾਂ ਇਹ ਜੋ ਪੋਸਟ ਆਕ ਆਊਟ ਕੀਤੇਗੇ ਦੋ ਪੋਸਟ ਆਊਟ ਕੀਤੇਗੇ ਪੀਐਸਟੀਸੀਐਲ ਵੱਲੋਂ ਤੇ ਲਾਸਟ ਡੇਟ 21 ਸਤੰਬਰ 2022 ਤੋਂ ਪਹਿਲ ਪਹਿਲ ਤੁਸੀ ਅਪਲਾਈ ਕਰ ਲੈਣਾ ਹੈ ਤੇ ਬਾਕੀ ਤੁਹਾਨੂੰ ਦੱਸ ਦਿੱਤੀ ਕੁਆਲਿਫੀਕੇਸ਼ਨ ਤੋਂ ਬਈ ਸੇਮ ਰਹੇਗੀ ਤਾਂ ਜੋ ਵੀ ਤੁਸੀਂ ਕਰ ਸਕਦੇ ਹੋ ਜੋ ਵੀ एलिजिबल ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਅਪਲਾਈ ਕਰ ਸਕਦੇ ਹੋ ਤਾਂ ਅਪਲਾਈ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੇ ਤੁਹਾਡੇ ਮਨ 'ਚ ਕੋਈ ਵੀ ਡਾਊਟ ਤੁਹਾਣ ਨੂੰ ਅਪਲਾਈ ਕਰਨ ਵਿੱਚ ਕੋਈ ਵੀ ਦਿੱਕਤ ਹੋ ਰਹੀ ਹੈ ਪ੍ਰੋਬਲਮ ਹੋ ਰਹੀ ਹੈ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ WhatsApp ਤੇ ਪੁੱਛ ਸਕਦੇ ਹੋ ਤਾਂ ਇਹ ਜਾਣਕਾਰੀ ਤੁਹਾਡਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਇਸ ਵੀਡੀਓ ਬਦਲ ਗਈ ਹੈ ਹੈਲਪਫੁਲ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ